ਲਗਾਤਾਰ ਇਸ ਤਰ੍ਹਾਂ ਜਦੋਂ ਸਿੱਖ ਧਰਮ ਦੇ ਹਮਲੇ ਹੁੰਦੇ ਨੇ ਇਸ ਤਰ੍ਹਾਂ ਜਿਹੜਾ ਇਤਿਹਾਸ ਤੋੜ ਮੋੜ ਕੇ ਲਿਖਿਆ ਜਾਂਦਾ ਤਾਂ ਕੀ ਬੱਚੇ ਬਣਨਗੇ? ਦੇਖੋ ਇੱਕ ਬਹੁਤ ਵੱਡੀ ਸਾਜ਼ਿਸ਼ ਹੈ ਸਿੱਖੀ ਇਤਿਹਾਸ ਨੂੰ ਸਿੱਖੀ ਵਿਰਸੇ ਨੂੰ ਖਤਮ ਕਰਨ ਦੇ ਲਈ ਸਾਡੀਆਂ ਜਿਹੜਾ ਇਤਿਹਾਸ ਆ ਉਹਨੂੰ ਕਿਤਾਬਾਂ ਦੇ ਵਿੱਚ ਵੀ ਤੋੜਿਆ ਮਰੋੜਿਆ ਜਾ ਰਿਹਾ ਸਾਡੇ ਇਤਿਹਾਸ ਦੀਆਂ ਨਿਸ਼ਾਨੀਆਂ ਨੂੰ ਵੀ ਢਹਿ ਢੇਰੀ ਕੀਤਾ ਜਾ ਰਿਹਾ ਇਹ ਤਾਂ ਹਾਲੇ ਤੁਸੀਂ ਦੇਖੋਗੇ ਕਿ ਦੁਸ਼ਮਣ ਐਦੂ ਅੱਗੇ ਵੱਧ ਚੁੱਕਿਆ ਉਹਨਾਂ ਨੇ ਹੌਲੀ ਹੌਲੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਗੜਬੜਾਂ ਕਰਨ ਦੀਆਂ ਕੋਸ਼ਿਸ਼ਾਂ ਜਿਹੜੀਆਂ ਉਹ ਕਰ ਰਿਹਾ ਜਿਹੜੇ 328 ਸਰੂਪ ਗਾਇਬ ਹੋਏ ਆ ਉਹ ਗਾਇਬ ਹੋ ਕੇ ਕਿੱਥੇ ਗਏ ਆ ਉਹ RSS ਦੇ ਦਫ਼ਤਰਾਂ 'ਚ ਗਏ ਆ ਜਿੱਥੋਂ ਇਹਨਾਂ ਨੇ ਗੜਬੜਾਂ ਕਰਨੀਆਂ ਨੇ ਪਰ ਮੈਂ ਲੋਕਾਂ ਨੂੰ ਅਪੀਲ ਕਰਦਾ ਵੀ ਅੱਜ ਵੀ ਜੇ ਅਸੀਂ ਨਾ ਜਾਗੇ ਅੱਜ ਵੀ ਅਸੀਂ ਆਪਸੀ ਧੜੇਬਾਜ਼ੀਆਂ 'ਚ ਵਿਤਕਰੇ ਮਤਭੇਦਾਂ 'ਚ ਉਲਝੇ ਰਹੇ ਤਾਂ ਉਹ ਦਿਨ ਦੂਰ ਨਹੀਂ ਜਿਹਦੇ ਸਾਡਾ ਸਾਰਾ ਕੁਛ ਤਹਿਸ ਨਹਿਸ਼ ਕਰ ਦੇਣਗੇ ਸੋ ਲੋਕਾਂ ਨੂੰ ਅਪੀਲ ਕਰਦਾ ਕਿ ਯਾਰ ਹੁਣ ਆਪਣੇ ਇਤਿਹਾਸ ਆਪਣੇ ਵਿਰਸੇ ਆਪਣੀਆਂ ਨਿਸ਼ਾਨੀਆਂ ਨੂੰ ਬਚਾਉਣ ਲਈ ਆਪਣੇ ਗੁਰੂ ਦੇ ਸਿਧਾਂਤਾਂ ਨੂੰ ਬਚਾਉਣ ਲਈ ਸਾਨੂੰ ਉੱਠ ਕੇ ਇਕੱਠੇ ਹੋ ਕੇ ਲੜਨਾ ਪੈਣਾ ਕੀ ਲੱਗਦਾ ਤੁਹਾਨੂੰ ਇਲੈਕਸ਼ਨ ਹੋਈ ਆ ਉਹਦੇ ਵਿੱਚ ਕਿਸੇ ਨੇ ਹਾਲੇ ਤੱਕ ਇਹਦੇ ਵਿੱਚ ਮੁੱਦਾ ਨਹੀਂ ਬਣਾਇਆ ਵੱਡੇ ਵੱਡੇ ਦਾਅਵੇ ਕੀਤੇ ਗਏ ਲੇਕਿਨ ਇਤਿਹਾਸ ਨੂੰ ਲੈ ਕੇ ਇੱਕ ਵੀ ਲੀਡਰ ਨਹੀਂ ਬੋਲਿਆ ਦੇਖੋ ਇਹ ਤਾਂ 1900 ਅੱਜ ਦੀ ਗੱਲ ਥੋੜ੍ਹੀ ਹੈ ਤਾਂ 92-93 ਤੋਂ ਪੜ੍ਹਾਈਆਂ ਜਾ ਰਹੀਆਂ 28-29 ਸਾਲ ਹੋ ਗਏ ਕਿੰਨੀਆਂ ਸਰਕਾਰਾਂ ਆਈਆਂ ਕਿੰਨੇ ਸਿੱਖਿਆ ਮੰਤਰੀ ਆਏ ਗਏ ਇਹਦਾ ਲਗਾਤਾਰ 28-30 ਸਾਲ ਤੋਂ ਸਾਡੇ ਜਵਾਕਾਂ ਨੂੰ ਇਤਿਹਾਸ ਦੇ ਵਿੱਚ ਇਹੀ ਕੁਛ ਪੜ੍ਹਾਇਆ ਗਿਆ ਕਿ ਸਾਡੇ ਗੁਰੂ ਸਾਡੇ ਸ਼ਹੀਦ ਚੋਰ ਸੀ ਲਟੇਰੇ ਸੀ ਡਾਕੂ ਸੀ ਕਾਤਲ ਸੀ ਇਹਦਾ ਹੁਣ ਪਤਾ ਲੱਗਿਆ ਜਾ ਕੇ ਤਾਂ ਲੋਕਾਂ ਨੂੰ ਸੋਚੀਏ ਤਾਂ ਲੋਕਾਂ ਨੂੰ ਅਪੀਲ ਕਰਦਾ ਮਾੜਾ ਮੋਟਾ ਘਰਾਂ ਦੇ ਵਿੱਚ ਜਿਹੜੀਆਂ ਕਿਤਾਬਾਂ ਨੇ ਜਵਾਕ ਲੈ ਕੇ ਆਉਂਦਾ ਸਕੂਲਾਂ 'ਚ ਉਹਨਾਂ 'ਤੇ ਵੀ ਮਾੜਾ ਮੋਟਾ ਧਿਆਨ ਮਾਰ ਲਿਆ ਕਰੋ ਕਿ ਉਹਨਾਂ ਕਿਤਾਬਾਂ ਦੇ ਵਿੱਚ ਕੀ ਲਿਖਿਆ ਅਤੇ ਕੀ ਪੜ੍ਹਾਇਆ ਜਾ ਰਿਹਾ ਹੈਰਾਨੀ ਹੁੰਦੀ ਹੈ ਬਲਦੇਵ ਸਿੰਘ ਸਿਰਸਾ ਨੂੰ ਥੋੜ੍ਹਾ ਸੰਘਰਸ਼ ਸ਼ੁਰੂ ਕੀਤਾ ਵੀ ਅੱਜ ਜਾ ਕੇ ਉਹਨੂੰ ਕਿਤੇ ਦੂਰ ਪੈਂਦਾ ਰਿਹਾ ਲਗਾਤਾਰ ਬੈਠੇ ਨੇ ਕਈ ਕਮੀਦਾ ਹੋ ਗਿਆ ਜਿਵੇਂ ਜਿਵੇਂ ਆਵਾਜ਼ ਲੋਕਾਂ ਤੱਕ ਪਹੁੰਚੀ ਮੀਡੀਆ ਰਾਹੀਂ ਪਹੁੰਚੀ ਉਸ ਤਰੀਕੇ ਨਾਲ ਲੋਕਾਂ ਨੂੰ ਜਾਗ ਆਈ ਹੈ ਜਾਗ ਖੁੱਲ੍ਹੀ ਇੱਕ ਲੋਕ ਪਹਿਲਾਂ ਥੋੜ੍ਹਾ ਜਿਹਾ ਵੋਟਾਂ 'ਚ ਵੀ ਰੁੱਝੇ ਹੋਏ ਸੀਗੇ ਪਰ ਲੋਕ ਉੱਧਰੋਂ ਵੀ ਮੱਲਾ ਦਾ ਵਿਹਲੇ ਹੋ ਗਏ ਅਤੇ ਹੁਣ ਲੋਕ ਜਿਵੇਂ ਜਿਵੇਂ ਦੇਖੋ ਜਿਵੇਂ ਹੁਣ ਮੈਂ ਕਈ ਦਿਨਾਂ ਦਾ ਪ੍ਰਚਾਰ ਕਰ ਰਿਹਾ ਤਾਂ ਲੋਕਾਂ ਨੂੰ ਜਿਵੇਂ ਜਿਵੇਂ ਸਮਝ ਲੱਗ ਰਹੀ ਵੀ ਐਡੀ ਵੱਡੀ ਗੜਬੜ ਕਰ ਰਹੇ ਆ ਐਡਾ ਘਾਣ ਕਰ ਰਹੇ ਆ ਉਵੇਂ ਉਵੇਂ ਲੋਕ ਉੱਠ ਕੇ ਆਉਣਗੇ ਬਾਈ ਹਾਲੇ ਤੁਸੀਂ ਦੇਖੋਗੇ ਪੂਰੇ ਪੰਜਾਬ 'ਚ ਲਹਿਰ ਕਿਵੇਂ ਜਾਣੀ ਹੈ ਨਹੀਂ ਇਕੱਲਾ ਪ੍ਰਗਟ ਸਿੰਘ ਕਿਉਂ ਉਦੋਂ ਪਹਿਲਾਂ ਕਿੰਨੇ ਚੀਮਾ ਵੀ ਰਿਹਾ ਸਿੱਖਿਆ ਮੰਤਰੀ ਉਦੋਂ ਪਹਿਲਾਂ ਵੀ ਮੰਤਰੀ ਰਹੇ ਨੇ ਮਤਲਬ ਮੈਂ ਗੱਲ ਕਰਾਂ 28-30 ਸਾਲ ਦੇ ਕਿੰਨੇ ਸਿੱਖਿਆ ਮੰਤਰੀ ਰਹਿ ਗਏ ਕੋਈ ਬੋਲਿਆ ਨਹੀਂ ਹੁਣ ਪ੍ਰਗਟ ਸਿੰਘ ਤਾਂ ਉਦੋਂ ਬੋਲਿਆ ਜੋ ਰੌਲਾ ਪੈ ਗਿਆ ਲੋਕਾਂ ਨੇ ਆਵਾਜ਼ ਚੱਕ ਲਈ ਸਿੱਖਿਆ ਬੋਰਡ ਦਾ ਦਫ਼ਤਰ ਘੇਰ ਲਿਆ ਤਾਂ ਬੋਲਿਆ ਪਹਿਲਾਂ ਕਿੱਥੇ ਸੀ ਇਹ ਬੰਦੇ ਸੋ ਇਹ ਤਾਂ ਰਲੇ ਹੋਏ ਨੇ ਇਹ ਤਾਂ ਉਹਨਾਂ ਨਾਲ ਰਲੇ ਹੋਏ ਨੇ ਜਿਹੜੇ ਸਿੱਖੀ ਨੂੰ ਖਤਮ ਕਰਨਾ ਚਾਹੁੰਦੇ ਆ ਸਿੱਖੀ ਸਿਧਾਂਤਾਂ ਨੂੰ ਮਾਰਨਾ ਚਾਹੁੰਦੇ ਆ ਇਹ ਤਾਂ ਉਹਨਾਂ ਦੇ ਅੰਗ ਨੇ ਇਹਨਾਂ ਤੋਂ ਕੋਈ ਉਮੀਦ ਨਹੀਂ ਸੀ ਰੱਖਦਾ ਕਮੇਟੀਆਂ ਕਿੰਨੀਆਂ ਬਣਦੀਆਂ ਨੇ ਕਿੰਨੀਆਂ ਪਹਿਲਾਂ ਬਣੀਆਂ ਕਿੰਨੀਆਂ ਜਾਂਚਾਂ ਪੜਤਾਲਾਂ ਪਹਿਲਾਂ ਹੋਈਆਂ ਹੁਣ ਇੱਥੇ ਕਹਿ ਦੇਣਗੇ ਠੀਕ ਆ ਜੀ ਕਿਤਾਬ ਬੰਦ ਕਰ ਦਿੰਦੇ ਆ ਇਹ ਇਕੱਲੀ ਕਿਤਾਬ ਬੰਦ ਕਰਨਾ ਮਸਲੇ ਦਾ ਹੱਲ ਨਹੀਂ ਇਹਦੇ ਲੇਖਕਾਂ ਦੇ ਪਰਚਾ ਦਰਜ ਹੋਣਾ ਚਾਹੀਦਾ ਜਿਹੜੇ ਸਿੱਖਿਆ ਬੋਰਡ ਸੰਬੰਧਿਤ ਅਧਿਕਾਰੀ ਉਹਨਾਂ ਦੇ ਪਰਚਾ ਦਰਜ ਹੋਣਾ ਚਾਹੀਦਾ ਤਾਂ ਇਹ ਗਾਹਾਂ ਨੂੰ ਕੋਈ ਬੰਦਾ ਕੁਤਾਹੀ ਨਾ ਕਰੇ ਗਾਹਾਂ ਨੂੰ ਐਡੀ ਵੱਡੀ ਗਲਤੀ ਨਾ ਕਰੇ ਬੰਦਾ ਪੰਜਾਬ ਸਿੱਖਿਆ ਬੋਰਡ ਮੱਲਾ ਝਾੜ ਰਿਹਾ ਕਿ ਸਾਡਾ ਇਹਦੇ ਨਾਲ ਕੋਈ ਮਾਮਲਾ ਨਹੀਂ ਪੰਜਾਬ ਸਿੱਖਿਆ ਬੋਰਡ ਨੇ ਨਾ ਜੱਜ ਦਿੱਤੀ ਆ ਇਹ ਪ੍ਰਾਈਵੇਟ ਇੱਕ ਲੇਖਕ ਵੱਲੋਂ ਲਿਖੀ ਗਈ ਨਹੀਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਜਿਹੜੇ ਸਕੂਲ ਨੇ ਉਹਨਾਂ ਨਾਲ ਸੰਬੰਧ ਸਕੂਲ ਹੈ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਪ੍ਰਵਾਨਗੀ ਤੋਂ ਬਿਨਾਂ ਕੋਈ ਕਿਤਾਬ ਕਿਵੇਂ ਪੜ੍ਹਾ ਸਕਦਾ ਕੋਈ ਕਿਵੇਂ ਲਾ ਸਰ ਆਪਦੇ ਤੌਰ 'ਤੇ ਇਹ ਤਾਂ ਸ਼ਰੇਆਮ ਹੀ ਮੁੱਕਰੀ ਜਾਂਦੇ ਆ ਇਹ ਤਾਂ ਉਹ ਗੱਲ ਆ ਵੀ ਬਸ ਆਪਦੀ ਹੁਣ ਕਿਹੜਾ ਇਹ ਗਲੋਂ ਗਲਾਵਾਂ ਲਾਉਣ ਨੂੰ ਫਿਰਦੇ ਆ ਪਰ ਐ ਲੈਣ ਨਹੀਂ ਦਿੰਦੇ ਸਰਕਾਰਾਂ ਜਿਹੜੀਆਂ ਲਗਾਤਾਰ BJP RSS ਨਾਲ ਰਲ ਕੇ ਘਾਣ ਕਰ ਰਹੀਆਂ ਨੇ ਲਗਾਤਾਰ ਹੱਥ ਠੋਕੇ ਬਣ ਕੇ ਉਹਨਾਂ ਦੇ ਪਿੱਠੂ ਬਣ ਕੇ ਉਹਨਾਂ ਦਾ ਇਹਨਾਂ ਨੇ ਸਿਰਫ ਕੁਰਸੀਆਂ ਦੀ ਖਾਤਰ ਪੰਜਾਬ ਨੂੰ ਸਿੱਖੀ ਨੂੰ ਪੰਥ ਨੂੰ ਸਾਰੇ ਕਾਸੇ ਨੂੰ ਖਤਮ ਕਰਨ ਵੱਲ ਤੁਰੀ ਹੋਈ ਜਿਹੜੀ ਸਾਜ਼ਿਸ਼ ਆ RSS ਦੀ ਜੋ ਫਰਮਾਨ ਨਾਗਪੁਰ ਤੋਂ ਆਉਂਦੇ ਆ ਉਹੀ ਇਹ ਲਾਗੂ ਕਰਦੇ ਆ ਇਹਨਾਂ ਦੀ ਜ਼ਰੂਰਤ ਹੀ ਨਹੀਂ ਇਹ ਹਮਲਾ ਬਹੁਤ ਵੱਡਾ ਸਾਡੇ ਫੈਡਰਲ ਢਾਂਚੇ ਦੇ ਉੱਤੇ ਹਮਲਾ ਹੈਗਾ ਇਹਨਾਂ ਨੇ ਭਾਖੜਾ ਅਭਿਆਸ ਪ੍ਰਬੰਧ ਬੋਰਡ ਦੇ ਵਿੱਚੋਂ ਪੰਜਾਬ ਦੀ ਦਾਅਵੇਦਾਰੀ ਖਤਮ ਕਰਤੀ ਚੰਡੀਗੜ੍ਹ 'ਚੋਂ ਖਤਮ ਕਰ ਰਿਹਾ ਸਾਡੀ ਯੂਨੀਵਰਸਿਟੀ ਖੋ ਰਹੇ ਨੇ ਚੀਫ ਖਾਲਸਾ ਦੀਵਾਨ ਸਭ ਤੋਂ ਪੁਰਾਣੀ ਸਰਮੌਰ ਸੰਸਥਾ ਵਿੱਦਿਅਕ ਸੰਸਥਾ ਸਿੱਖਾਂ ਦੀ ਉਹਦੇ ਵਿੱਚ ਜਿਹੜਾ BJP ਦੇ ਪਿਆਦੇ ਨੇ ਡਾਕਟਰ ਜਸਵਿੰਦਰ ਸਿੰਘ ਢਿੱਲੋਂ ਵਰਗੇ ਉਹ ਸਕੂਲਾਂ ਦੇ ਚੇਅਰਮੈਨ ਲਾ ਦਿੱਤੇ ਗਏ ਜਾਣੇ ਹਰ ਥਾਂ 'ਤੇ ਇਹਨਾਂ ਨੇ RSS ਦੇ ਪਿਆਦੇ RSS ਦੇ ਬੰਦੇ ਫਿੱਟ ਕਰਤੇ ਮੈਂ ਪੰਜਾਬ ਦੇ ਲੋਕਾਂ ਨੂੰ ਕਹਿਣਾ ਕਿ ਕਿਵੇਂ ਇਹਨਾਂ ਨੇ 2018 ਦੇ ਵਿੱਚ ਪਹਿਲਾਂ ਹਿਮਾਚਲ ਤੋਂ ਲਿਆ ਕੇ ਭਾਖੜਾ ਅਭਿਆਸ ਪ੍ਰਬੰਧ ਬੋਰਡ ਦਾ ਚੇਅਰਮੈਨ ਲਾਇਆ ਉਹਨੇ ਸਾਰੀਆਂ ਭਰਤੀਆਂ ਹਿਮਾਚਲ ਤੋਂ ਕਰਤੀਆਂ ਇਹਨਾਂ ਨੇ ਦੇਖਿਆ ਵੀ ਕੋਈ ਬੋਲੇ ਨਹੀਂ ਚੱਕ ਕੇ ਹੁਣ ਪੰਜਾਬ ਦੀ ਹਿੱਸੇਦਾਰੀ ਖਤਮ ਕਰਤੀ ਕਦੋਂ ਬੋਲਾਂਗੇ ਯਾਰ ਸੁੱਤੇ ਪਏ ਹਾਂ ਘਰਾਂ ਦੇ ਵਿੱਚ ਅਸੀਂ ਧੜੇਬਾਜ਼ੀਆਂ 'ਚ ਫਸੇ ਬੈਠੇ ਹਾਂ ਵੋਟਾਂ 'ਚ ਫਸੇ ਬੈਠੇ ਹਾਂ ਬਾਦਲ ਵਾਲੇ ਹਾਂ ਅਸੀਂ ਕਾਂਗਰਸੀ ਅਸੀਂ ਫਲਾਣੇ ਢਿਮਕਿਆਂ ਅਗਲਿਆਂ ਨੇ ਪੰਜਾਬ ਨੂੰ ਹੌਲੀ 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 ਕਰਕੇ ਜਮ੍ਹਾਂ ਖੂੰਜੇ ਲਾਈ ਤੁਰੇ ਆਉਂਦੇ ਆ ਸੋ ਹੁਣ ਤਾਂ ਬਈ ਅੱਜ ਕੇ ਲੜਨਾ ਪੈ